ਬੋਲੇ ਸੋ ਨਿਰਭੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਹੈ। ਬੋਲੇ ਸੋ ਨਿਰਭੈ ਸਤਿਗੁਰੂ ਸਵਾਮੀ ਸਰਵਣ ਦਾਸ ਮਹਾਰਾਜ ਕੀ ਹੈ। ਮਹਾਨ ਤਪਸਵੀ ਬ੍ਰਹਮ ਗਿਆਨੀ ਬ੍ਰਹਮਲੀਨ ਕੌਮ ਦੇ ਰਹਿਬਰ ਸਤਿਗੁਰੂ ਸਵਾਮੀ ਸਰਵਣ ਦਾਸ ਮਹਾਰਾਜ ਜੀ ਦਾ ਤਪੱਸਿਆ ਅਸਥਾਨ ਡੇਰਾ ਸ੍ਰੀ ਸੋ ਅਕਸਰ ਸਰਵਣ ਦਾਸ ਜੀ ਸਚਖੰਡ ਬੱਲਾ ਜਿੱਥੇ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਔਰ ਸੰਗਤਾਂ ਨੂੰ ਪ੍ਰਭੂ ਭਗਤੀ ਦੇ ਨਾਲ ਜੋੜ ਰਿਹਾ ਹੈ ਉੱਥੇ ਇਹ ਮਹਾਨ ਡੇਰਾ ਸੰਤਾਂ ਦੀ ਸੇਵਾ ਅਤੇ ਸਿੱਖਿਆ ਵਧੀਆ ਪ੍ਰਦਾਨ ਕਰਨ ਵਾਸਤੇ ਡੇਰੇ ਵੱਲੋਂ ਸੰਤ ਸਰਵਣ ਦਾਸ ਚੈਰੀਟੇਬਲ ਹੋਸਪਿਟਲ ਵੱਡਾ ਗਠਾਰ ਸੰਤ ਸਰਵਣ ਦਾਸ ਆਯੂ ਹੋਸਪਿਟਲ ਬੱਲਾ ਸੰਤ ਸਰਵਣ ਦਾਸ ਮਾਡਲ ਸਕੂਲ ਹਰਿਆਬਾਦ ਫਰਵਾੜਾ ਸੰਤ ਸਰਵਣ ਦਾਸ ਸਿਲਾਈ ਕਢਾਈ ਸੈਂਟਰ ਫਰਵਾੜਾ ਸੰਤ ਸਰਵਣ ਦਾਸ ਸੰਗੀਤ ਅਕੈਡਮੀ ਬੱਲਾ ਵਿਖੇ ਸੰਤਾਂ ਦੀਆਂ ਬਿਲਮੁੱਲੀਆਂ ਸੇਵਾਵਾਂ ਨਿਭਾ ਰਿਹਾ ਹੈ। ਸਤਸੰਗ ਜੀ ਜਿਵੇਂ ਕਿ ਆਪ ਸਭ ਸੰਤਾਂ ਨੂੰ ਪਤਾ ਹੈ ਕਿ ਇੱਕ ਭਿਆਨਕ ਬਿਮਾਰੀ ਨੇ ਪੂਰੇ ਵਿਸ਼ਵ ਨੂੰ ਆਪਣੀ ਲਪੇੜ ਦੇ ਵਿੱਚ ਲਿਆ ਹੋਇਆ ਹੈ ਔਰ ਅੱਜ ਬਹੁਤ ਹੀ ਗੰਭੀਰ ਸਮੱਸਿਆ ਬਣੀ ਹੋਈ ਹੈ। ਸੋ ਸਤਸੰਗ ਜੀ ਡੇਰਾ ਸ੍ਰੀ ਸੋ ਅਕਸਰ ਸਰਵਣ ਦਾਸ ਜੀ ਬੱਲਾ ਦੇ ਮੌਜੂਦਾ ਗੱਦੀ ਨਿਸ਼ੀ ਅਤੇ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟ੍ਰਸਟ ਬਨਾਰਸ ਮਹਾਨ ਤਪਸਵੀ ਦਿਆਲੂ ਕਿਰਪਾਲੂ ਸਤਿਗੁਰੂ ਸ੍ਰੀ ਗੁਰਦਰ ਦਾਸ ਮਹਾਰਾਜ ਜੀ ਵੱਲੋਂ ਡੇਰੇ ਔਰ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਸ੍ਰੀ ਗੁਰਦਵਾਰਪੁਰ ਬਨਾਰਸ ਵਿਖੇ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਮਰਤ ਬਾਣੀ ਦੇ ਜਾਪ ਔਰ ਕੀਰਤਨ ਕਰਵਾਏ ਜਾ ਰਹੇ ਨੇ ਔਰ ਮਹਾਰਾਜ ਜੀ ਉਸ ਪਰਮਾਤਮਾ ਅੱਗੇ ਅਰਦਾਸ ਕਰਦੇ ਨੇ ਕਿ ਜਲਦੀ ਤੋਂ ਜਲਦੀ ਇਸ ਭਿਆਨਕ ਬਿਮਾਰੀ ਨਾਲ ਵਿਸ਼ਵ ਨੂੰ ਮੁਕਤ ਕੀਤਾ ਜਾਵੇ। ਔਰ ਸਤਸੰਗ ਜੀ ਜਿੱਥੇ ਮਹਾਰਾਜ ਜੀ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ ਔਰ ਸੰਗਤਾਂ ਦੀ ਸੇਵਾ ਵਾਸਤੇ ਦਿਨ ਰਾਤ ਸੇਵਾਵਾਂ ਨਿਭਾ ਰਹੇ ਨੇ। ਸੰਤ ਸਰਵਣ ਦਾਸ ਚੈਰੀਟੇਬਲ ਹੋਸਪਿਟਲ ਅੱਡਾ ਰਖਾਰ ਵਿਖੇ ਚਲਾ ਰਹੇ ਨੇ ਉਹ ਬਹੁਤ ਵੱਡਾ ਹਸਪਤਾਲ ਹੈ। ਉਸ ਦੇ ਵਿੱਚ ਵੱਖ ਵੱਖ ਬਿਮਾਰੀ ਦੇ ਡਾਕਟਰ, ਹੱਡੀਆਂ ਦੇ ਡਾਕਟਰ, ਅੱਖਾਂ ਦੇ ਡਾਕਟਰ, ਬੱਚਿਆਂ ਦੇ ਡਾਕਟਰ, ਗਾਇਦੀ ਦੇ ਡਾਕਟਰ, ਸਕੈਨਿੰਗ ਔਰ ਐਕਸਰੇ ਔਰ ਬਹੁਤ ਹੀ ਮਾਹਰ ਡਾਕਟਰ ਉੱਥੇ ਸੰਗਤਾਂ ਨੂੰ ਸੇਵਾਵਾਂ ਨਿਭਾ ਰਹੇ ਨੇ। ਉਸ ਹਸਪਤਾਲ ਦੇ ਵਿੱਚੋਂ ਮਹਾਰਾਜ ਜੀ ਨੇ 100 ਬੈੱਡ ਸਰਕਾਰ ਨੂੰ ਕਿਹਾ ਹੈ ਕਿ ਅਗਰ ਜੇਕਰ ਸਰਕਾਰ ਨੂੰ ਲੋੜ ਪੈਂਦੀ ਹੈ ਤਾਂ ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ ਅੱਡਾ ਕਠਾਰ ਦੇ ਵਿੱਚੋਂ 100 ਬੈੱਡ ਮਹਾਰਾਜ ਜੀ ਸਰਕਾਰ ਨੂੰ ਦੇ ਦੇਣਗੇ। ਉਹ ਸਰਕਾਰ ਜਿਵੇਂ ਚਾਹੇ ਉਸ ਹਸਪਤਾਲ ਦੇ ਵਿੱਚ ਸੰਗਤਾਂ ਦੀ, ਮਰੀਜ਼ਾਂ ਦੀ ਸੇਵਾ ਨਿਭਾ ਸਕਦੀ ਹੈ। ਔਰ ਨਾਲ ਦੀ ਨਾਲ ਮਹਾਰਾਜ ਜੀ ਨੇ
ਉਹਨਾਂ ਮਰੀਜ਼ਾਂ ਦੇ ਇਲਾਜ ਵਾਸਤੇ 1,00,000 ਰੁਪਏ ਮਹਾਰਾਜ ਜੀ ਨੇ ਸਰਕਾਰ ਨੂੰ ਦੇਣ ਦਾ ਐਲਾਨ ਕੀਤਾ ਹੈ। ਔਰ ਮਹਾਰਾਜ ਜੀ ਵੱਲੋਂ ਡੇਰੇ ਵਿਖੇ ਔਰ ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਮੰਦਿਰ ਸ੍ਰੀ ਗੁਰਬਾਧਰ ਬਨਾਰਸ ਵਿਖੇ ਲਗਾਤਾਰ 24 ਘੰਟੇ ਲੰਗਰ ਚੱਲ ਰਹੇ ਨੇ। ਸੰਗਤਾਂ ਦਿਨ ਰਾਤ ਲੰਗਰ ਚੱਲ ਰਹੀਆਂ ਨੇ। ਔਰ ਮਹਾਰਾਜ ਜੀ ਨੇ ਸਰਕਾਰ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਜੇਕਰ ਸਰਕਾਰ ਨੂੰ ਲੰਗਰ ਜਾਂ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੋਵੇ ਤਾਂ ਮਹਾਰਾਜ ਜੀ ਸਰਕਾਰ ਦੇ ਨਾਲ ਹਰ ਤਰ੍ਹਾਂ ਦੀ ਸਹਾਇਤਾ ਕਰਨ ਵਾਸਤੇ ਤਿਆਰ ਹੈ। ਔਰ ਮਹਾਰਾਜ ਜੀ ਵੱਲੋਂ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਮਹਾਰਾਜ ਜੀ ਆਪ ਸਭ ਸੰਗਤਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦੇ ਹਨ ਉਸਦਾ ਸਿਮਰਨ ਕੀਤਾ ਜਾਵੇ, ਕੋਈ ਭਗਤੀ ਕੀਤੀ ਜਾਵੇ। ਸੋ ਇੱਕ ਵਾਰ ਫਿਰ ਅਸੀਂ ਸਮੁੱਚੀਆਂ ਸੰਗਤਾਂ ਡੇਰਾ ਸ੍ਰੀ ਸਰਪੰਚ ਸਰਵਣਦਾਸ ਜੀ ਸੱਚਖੰਡ ਬੰਨਾ ਦੇ ਮੌਜੂਦਾ ਗੱਦੀਸ਼ੀ ਸਤਿਗੁਰੂ ਸੰਗਤਨ ਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕੋਟ ਕੋਟ ਨਮਸਕਾਰ ਕਰਦੇ ਹਾਂ ਕਿ ਮਹਾਰਾਜ ਜੀ ਜਲਦੀ ਤੋਂ ਜਲਦੀ ਇਸ ਭਿਆਨਕ ਬਿਮਾਰੀ ਤੋਂ ਵਿਸ਼ਵ ਤੋਂ ਮੁਕਤ ਕਰੋ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਜਦੋਂ ਸੰਗਤਾਂ ਸਰਕਾਰ ਦੀ ਹਦਾਇਤਾਂ ਦੇ ਨਾਲ ਡੇਰੇ ਵਿੱਚ ਉਸ ਹਿਸਾਬ ਦੇ ਨਾਲ ਆ ਜਾਂਦੇ ਹਨ, ਉਹ ਘਰ ਬੈਠ ਕੇ ਹੀ ਜਪਤ ਗੁਰੂ ਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਕੀਰਤਨ ਔਰ ਮਹਾਂਪੁਰਸ਼ਾਂ ਦੇ ਦਰਸ਼ਨ ਕਰਿਆ ਨੇ।